ਅੱਜ ਮੁਸਲਿਮ ਜਮਾਤ ਅਹਿਮਦਿਆਂ ਵੱਲੋਂ ਨੂਰ ਹੋਸਪਿਟਲ ਕਾਦੀਆਂ ਵਿੱਚ ਮੁਫ਼ਤ ਦੰਦਾਂ ਦਾ ਚੈੱਕਅਪ ਅਤੇ ਬੱਚਿਆਂ ਦਾ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿੱਚ ਮਾਹਿਰ ਡਾਕਟਰ ਨੇ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਗੁਰਦਾਸਪੁਰ ਤੋਂ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਪੁਨੀਤ ਨੇ 100 ਤੋਂ ਵੱਧ ਬੱਚਿਆਂ ਦੀ ਜਾਂਚ ਕੀਤੀ। ਮੇਰਾ ਨਾਮ ਡਾਕਟਰ ਪੁਨੀਤ ਹੈ, ਮੈਂ ਬੱਚਿਆਂ ਦਾ ਰੋਗਾਂ ਦਾ ਮਾਹਿਰ ਹਾਂ। ਮੈਂ MD ਪੀਡੀਆਟ੍ਰਿਕਸ ਕੀਤੀ ਹੋਈ ਹੈ ਅਤੇ ਮੈਂ ਗੁਰਦਾਸਪੁਰ ਵਿੱਚ ਆਪਣੇ ਹੋਸਪਿਟਲ 'ਚ ਕੰਮ ਕਰਦਾ। ਆਪਣੇ ਨੂਰ ਹੋਸਪਿਟਲ 'ਚ ਵੈਸੇ ਵੀ ਮੈਂ ਹਰ ਹਫ਼ਤੇ ਸ਼ੁੱਕਰਵਾਰ ਨੂੰ ਬੱਚਿਆਂ ਦੀ ਓਪੀਡੀ ਕਰਦਾ। ਅੱਜ ਇੱਥੇ 7 ਤਰੀਕ ਨੂੰ ਬੱਚਿਆਂ ਦਾ ਔਰ ਡੈਂਟਲ ਦਾ ਫ੍ਰੀ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਘਰ ਕੀ ਮੈਂ ਗਰੀਬ ਔਰ ਦੂਰ ਦਰਾਜ ਤੋਂ ਆਏ ਹੋਏ ਬੱਚੇ ਜਿਹੜੇ ਇਸ ਕੈਂਪ ਵਿੱਚ ਆਏ ਗਏ ਉਹਨਾਂ ਦਾ ਚੈੱਕਅਪ ਕਰ ਰਹੇ ਹਾਂ। ਹੁਣ ਤੱਕ ਫਿਰ ਤੋਂ ਆਪਾਂ 90 ਜਾਂ 100 ਬੱਚੇ ਆਲੇ ਦੁਆਲੇ ਦੇਖ ਚੁੱਕੇ ਹੈਗੇ ਅਤੇ ਉਹਦੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾ ਰਹੀਆਂ ਔਰ ਲੋੜਵੰਦ ਦੇ ਟੈਸਟ ਵੀ ਕੀਤੇ ਜਾ ਰਹੇ ਹਨ। ਅਤੇ ਇਹ ਬਹੁਤ ਹੀ ਪੁੰਨ ਵਾਲਾ ਕੰਮ ਹੈ ਜਿਹਦੇ ਵਿੱਚ ਘਰ ਕੇ ਮੈਂ ਇਹਨਾਂ ਨੂੰ ਦੱਸਿਆ ਹੈ ਕਿ ਅਗਰ ਅੱਗੇ ਵੀ ਇਹੋ ਜਿਹਾ ਕੋਈ ਕੈਂਪ ਲੱਗੇਗਾ ਤਾਂ ਮੈਂ ਉਹ 'ਚ ਪੂਰਾ ਆਪਣਾ ਯੋਗਦਾਨ ਦੇਣਾ ਚਾਹਾਂਗਾ। ਮੇਰੀਆਂ ਰਹਿਮਾਨ ਰਹੀਮ, ਭਗਵਾਨ ਕੀ ਕਿਰਪਾ ਸੇ ਆਜ ਅਹਿਮਦੀਆ ਮੁਸਲਿਮ ਜਮਾਤ ਕੇ ਫਲਾਹੀ ਤਨਜ਼ੀਮ ਹਿਊਮੈਨਿਟੀ ਫਸਟ ਇੰਡੀਆ ਕੀ ਔਰ ਸੇ ਨੂਰ ਹਸਪਤਾਲ ਕਾਦੀਆਨ ਮੇ ਫ੍ਰੀ ਡੈਂਟਲ ਕੈਂਪ ਔਰ ਫ੍ਰੀ ਪੀਡੀਆਟ੍ਰਿਕ ਕੈਂਪ ਕਾ ਆਯੋਜਨ ਕੀਆ ਜਾ ਰਹਾ ਹੈ। ਇਸ ਕੈਂਪ ਮੇ ਅਹਿਮਦੀਆ ਮੁਸਲਿਮ ਜਮਾਤ ਕੀ ਇਹ ਫਲਾਹੀ ਤਨਜ਼ੀਮ ਹਿਊਮੈਨਿਟੀ ਫਸਟ ਜੋ ਹੈ ਇਸਕੇ ਜ਼ਰੀਏ ਇਲਾਕੇ ਕੇ ਮਾਹਿਰ ਡਾਕਟਰ ਸਾਹਿਬਾਨ ਕੀ ਜੋ ਟੀਮ ਹੈ ਵੋ ਮਰੀਜ਼ੋਂ ਕਾ ਚੈੱਕਅਪ ਵੀ ਕਰ ਰਹੀ ਹੈ ਔਰ ਇਸਕੇ ਸਾਥ ਪਹਿਲੀ ਦਫ਼ਾ ਇਸ ਕੈਂਪ ਕੇ ਜ਼ਰੀਏ ਜੋ ਜ਼ਰੂਰਤਮੰਦ ਪੇਸ਼ੈਂਟ ਹੈ ਇਸ ਇਲਾਕੇ ਕੇ ਔਰ ਗਾਉਂ ਦਿਹਾਤ ਕੇ ਜੋ ਜ਼ਰੂਰਤਮੰਦ ਮਰੀਜ਼ ਹੈ ਉਨਕਾ ਮੁਫ਼ਤ ਇਲਾਜ ਵੀ ਦਾਂਤੋਂ ਕਾ ਇਲਾਜ ਮੁਫ਼ਤ ਉਨਕਾ ਕਰਾਇਆ ਜਾ ਰਹਾ ਹੈ ਔਰ ਇਸਕੇ ਜ਼ਰੀਏ ਬਹੁਤ ਬੜੀ ਤਾਦਾਦ ਮੇ ਜੋ ਜ਼ਰੂਰਤਮੰਦ ਇਲਾਕੇ ਕੇ ਮਰੀਜ਼ ਹੈ ਉਨਕੋ ਇਸਸੇ ਫਾਇਦਾ ਪਹੁੰਚੇਗਾ ਔਰ ਹਮ ਉਮੀਦ ਕਰਤੇ ਹੈ ਕਿ ਆਇੰਦਾ ਵੀ ਜਮਾਤ ਅਹਿਮਦੀਆ ਕੇ ਇਸ ਇਦਾਰੇ ਕੇ ਜ਼ਰੀਏ ਐਸੇ ਕੈਂਪ ਫਿਊਚਰ ਮੇ ਲਗਤੇ ਰਹੇਂਗੇ ਔਰ ਅਹਿਮਦੀਆ ਮੁਸਲਿਮ ਜਮਾਤ ਕਾ ਜੋ ਯੇ ਹਿਊਮੈਨਿਟੀ ਫਸਟ ਇਦਾਰਾ ਹੈ ਇਸਕੇ ਜ਼ਰੀਏ ਸਾਲ ਭਰ ਹਿੰਦੁਸਤਾਨ ਕੇ ਮੁਖਤਲਿਫ ਇਲਾਕੋਂ ਮੇ ਖਿਦਮਤ ਇਨਸਾਨੀਅਤ ਕੇ ਔਰ ਸੇਵਾ ਕੇ ਕਾਮ ਅਲਗ ਅਲਗ ਇਲਾਕੋਂ ਮੇ ਔਰ ਸੂਬੋਂ ਮੇ ਕੀਏ ਜਾਤੇ ਹੈ ਔਰ ਇਸਕੇ ਜ਼ਰੀਏ ਲਾਖੋਂ ਲੋਕ ਫਾਇਦਾ ਉਠਾਤੇ ਹੈਂ।